ਬਾਈਕ ਤੇ ਜਾ ਰਹੇ ਪਤੀ ਪਤਨੀ ਨੂੰ ਬਲੈਰੋ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਦੋਵਾਂ ਦੀ ਹੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਵਿੱਚ ਕੰਮ ਕਰਕੇ ਜਦੋਂ ਦੋਵੇਂ ਹੀ ਪਤੀ ਪਤਨੀ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਰੋਂਗ ਸਾਈਡ ਤੋਂ ਆ ਰਹੀ ਬਲੈਰੋ ਕਾਰ ਕਾਫੀ ਤੇਜ਼ ਸੀ, ਜਿਸ ਨੇ ਕਿ ਬਾਈਕ ਨੂੰ ਆਹਮੋ ਸਾਹਮਣੇ ਦੀ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਦੋਵੇਂ ਹੀ ਪਹਿਲਾਂ ਤਾਂ ਗੱਡੀ ਦੇ ਹੇਠਾਂ ਫਸ ਜਾਂਦੇ ਨੇ ਅਤੇ ਗੱਡੀ ਜੋ ਹੈ ਕਾਫੀ ਦੂਰ ਉਹਨਾਂ ਨੂੰ ਘੜੀਸਦੀ ਹੋਈ ਲੈ ਜਾਂਦੀ ਹੈ, ਜਿਸ ਤੋਂ ਬਾਅਦ ਦੋਵੇਂ ਜ਼ਖਮੀ ਹਾਲਤ ਦੇ ਵਿੱਚ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਰਾਹ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਪਤੀ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਪਤਨੀ ਦੇ ਵੱਲੋਂ ਵੀ ਦਮ ਤੋੜ ਦਿੱਤਾ ਗਿਆ। ਤਾਂ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਦਰਦਨਾਕ ਮੌਤ ਹੋਈ ਹੈ। ਦੋਵੇਂ ਖੇਤਾਂ ਦੇ ਵਿੱਚੋਂ ਕੰਮ ਕਰਕੇ ਘਰ ਵਾਪਸ ਜਾ ਰਹੇ ਸੀ, ਹਾਲਾਂਕਿ ਪਿੰਡ ਤੋਂ ਕੁਝ ਹੀ ਦੂਰੀ ਦੇ ਉੱਤੇ ਇਹ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਿਸ ਨੇ ਇਹ ਬਲੈਰੋ ਕਾਰ ਉਹਨਾਂ ਦੇ ਉੱਤੇ ਚੜ੍ਹਾਈ ਹੈ ਉਹ ਵੀ ਉਹਨਾਂ ਦੇ ਪਿੰਡ ਦਾ ਹੀ ਰਹਿਣ ਵਾਲਾ, ਜੋ ਕਿ ਹੁਣ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮਹਿੰਦਰਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਤੀ ਪਤਨੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਬਾਲਾਜੀ ਹਸਪੀਟਲ ਸੇਰੂਕਾ ਡੈਡ ਪ੍ਰਾਪਤ ਹੋਇਆ ਕਿ ਸੁਨੀਤਾ ਬਾਈ ਪੋਤਰ ਦੀ ਵਾਸੀ ਬਾਲਡਾ ਇਹ ਗਾਂਵ ਬਾਲਡਾ ਮੈਂ ਐਕਸੀਡੈਂਟ ਮੇ ਲਗੀ ਚੋਟੋ ਕੇ ਕਾਰਨ ਮ੍ਰਿਤਿਉ ਹੋ ਗਈ ਹੈ। ਜੋ ਇਸ ਸੂਚਨਾ ਪਰ ਬਾਲਾਜੀ ਹਸਪੀਟਲ ਪਹੁੰਚਿਆ, ਜਹਾਂ ਸੇ ਡਾਕਟਰ ਸਾਹਿਬ ਨੇ ਬਤਲਾਇਆ ਕਿ ਉਸਕੀ ਬੋਡੀ ਕੋ ਜੀਐਚ ਮਹਿੰਦਰਗੜ੍ਹ ਰਖਵਾਇਆ ਗਿਆ। ਜੋ ਜਿਵੇਂ ਜੋ ਮਹਿੰਦਰਗੜ੍ਹ ਪਹੁੰਚਾ ਵਹਾਂ ਸੇ ਇੱਕ ਰੁਕਾ ਪ੍ਰਾਪਤ ਹੋਇਆ ਕਿ ਪ੍ਰਦੀਪ ਪੁੱਤਰ ਜਗਦੀਸ਼ ਵਾਸੀ ਬਾਲਡਾ ਇਸੀ ਐਕਸੀਡੈਂਟ ਮੇ ਲਗੀ ਚੋਟੋ ਕੇ ਕਾਰਨ ਮ੍ਰਿਤਿਉ ਹੋ ਗਈ, ਜਿਸਕੀ ਲਾਸ਼ ਵੀ ਗੈਡ ਹਾਊਸ ਜੀਐਚ ਮਹਿੰਦਰਗੜ੍ਹ ਰਖੀ ਹੋਈ ਹੈ। ਜੋ ਮ੍ਰਿਤਕ ਕੇ ਪਰੇਸ਼ਾਨ ਪਿਤਾ ਜਗਦੀਸ਼ ਨੇ ਇੱਕ ਲਿਖਿਤ ਦਰਖਾਸਤ ਦੀ ਜਿਸ ਪਰ ਅਭਿਯੋਗ ਅੰਕਿਤ ਕੀਤੀ ਮ੍ਰਿਤਕਾਂ ਦੇ ਕਿਨ ਕਿਨ ਵਾਹਨ ਕੀ ਟੱਕਰ ਹੋਈ, ਕਿੰਨੇ ਲੋਕਾਂ ਦੀ ਮੌਤ ਹੋਈ ਕੁੱਲ ਸਰ? ਇਹ ਮੋਟਰਸਾਈਕਲ ਔਰ ਗਾੜੀ ਸੀ ਪਿੱਛੇ ਜੀ, ਮੋਟਰਸਾਈਕਲ ਚਾਲਕ ਪ੍ਰਦੀਪ ਔਰ ਉਸਕੀ ਪਤਨੀ ਪਿੱਛੇ ਵਾਲੀ ਪਤਨੀ ਦੀ ਮੌਤ ਹੋਈ। ਬਾਈਕ ਤੇ ਜਾ ਰਹੇ ਪਤੀ ਪਤਨੀ ਨੂੰ ਬਲੈਰੋ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਦੋਵਾਂ ਦੀ ਹੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਵਿੱਚ ਕੰਮ ਕਰਕੇ ਜਦੋਂ ਦੋਵੇਂ ਹੀ ਪਤੀ ਪਤਨੀ ਆਪਣੇ ਘਰ ਵਾਪਸ ਜਾ ਰਹੇ ਸੀ ਤਾਂ ਰੋਂਗ ਸਾਈਡ ਤੋਂ ਆ ਰਹੀ ਬਲੈਰੋ ਕਾਰ ਕਾਫੀ ਤੇਜ਼ ਸੀ, ਜਿਸ ਨੇ ਕਿ ਬਾਈਕ ਨੂੰ ਆਹਮੋ ਸਾਹਮਣੇ ਦੀ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਦੋਵੇਂ ਹੀ ਪਹਿਲਾਂ ਤਾਂ ਗੱਡੀ ਦੇ ਹੇਠਾਂ ਫਸ ਜਾਂਦੇ ਨੇ ਅਤੇ ਗੱਡੀ ਜੋ ਹੈ ਕਾਫੀ ਦੂਰ ਉਹਨਾਂ ਨੂੰ ਘੜੀਸਦੀ ਹੋਈ ਲੈ ਜਾਂਦੀ ਹੈ, ਜਿਸ ਤੋਂ ਬਾਅਦ ਦੋਵੇਂ ਜ਼ਖਮੀ ਹਾਲਤ ਦੇ ਵਿੱਚ ਜਦੋਂ ਹਸਪਤਾਲ ਪਹੁੰਚਦੇ ਨੇ ਤਾਂ ਰਾਹ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਪਤੀ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਪਤਨੀ ਦੇ ਵੱਲੋਂ ਵੀ ਦਮ ਤੋੜ ਦਿੱਤਾ ਗਿਆ। ਤਾਂ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਦਰਦਨਾਕ ਮੌਤ ਹੋਈ ਹੈ। ਦੋਵੇਂ ਖੇਤਾਂ ਦੇ ਵਿੱਚੋਂ ਕੰਮ ਕਰਕੇ ਘਰ ਵਾਪਸ ਜਾ ਰਹੇ ਸੀ, ਹਾਲਾਂਕਿ ਪਿੰਡ ਤੋਂ ਕੁਝ ਹੀ ਦੂਰੀ ਦੇ ਉੱਤੇ ਇਹ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਿਸ ਨੇ ਇਹ ਬਲੈਰੋ ਕਾਰ ਉਹਨਾਂ ਦੇ ਉੱਤੇ ਚੜ੍ਹਾਈ ਹੈ ਉਹ ਵੀ ਉਹਨਾਂ ਦੇ ਪਿੰਡ ਦਾ ਹੀ ਰਹਿਣ ਵਾਲਾ, ਜੋ ਕਿ ਹੁਣ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਮਹਿੰਦਰਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਤੀ ਪਤਨੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ।